ਕੱਲ ਦਾ ਦਿਨ ਪੂਰੇ ਦੇਸ਼ ਦੇ ਲਈ ਖਾਸ ਰਹਿਣ ਵਾਲਾ ਹੈ। ਜੀ ਹਾਂ, ਕੱਲ ਨੂੰ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਤੇ ਪੂਰੇ ਦੇਸ਼ ਭਰ ਦੇ ਹਰ ਵਿਅਕਤੀ ਦੀ ਨਜ਼ਰ ਬਣੀ ਹੋਈ ਹੈ, ਕਿਉਂਕਿ ਜਦੋਂ ਵੀ ਦੇਸ਼ ਦਾ ਆਮ ਬਜਟ ਪੇਸ਼ ਹੁੰਦਾ ਹੈ ਤਾਂ ਉਸਦਾ ਅਸਰ ਆਮ ਵਿਅਕਤੀ ਤੋਂ ਲੈ ਕੇ ਵਪਾਰੀਆਂ ਤੱਕ ਪੈਂਦਾ ਹੈ। ਤਾਂ ਕੱਲ੍ਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਯਾਨੀ ਕਿ 23 ਜੁਲਾਈ ਨੂੰ 2024-25 ਦਾ ਬਜਟ ਪੇਸ਼ ਕੀਤਾ ਜਾਵੇਗਾ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਬਜਟ ਹੈ। ਮੋਦੀ ਸਰਕਾਰ ਨੇ ਲਗਾਤਾਰ ਤੀਜੀ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਹਨ। ਅਜਿਹੇ 'ਚ ਹਰ ਕਿਸੇ ਦੀ ਨਜ਼ਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ 'ਤੇ ਬਣੀ ਹੋਈ ਹੈ, ਜਿੱਥੇ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਉਮੀਦਾਂ ਹਨ, ਉੱਥੇ ਹੀ ਕਿਸਾਨਾਂ ਨੂੰ ਵੀ ਵੱਡੀਆਂ ਉਮੀਦਾਂ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਹਨ। ਅਤੇ ਕੀ ਹਨ ਉਮੀਦਾਂ, ਉਸਦੇ ਉੱਤੇ ਕੀ ਬੋਲੇ ਕਿਸਾਨ ਆਗੂ ਰਵਨੀਤ, ਆਓ ਸੁਣਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਰਵਨੀਤ ਭਰਾ। ਕੱਲ੍ਹ ਕੇਂਦਰੀ ਬਜਟ ਆ ਰਿਹਾ ਅਤੇ ਨਾਲ ਹੀ ਸਾਨੂੰ ਬੜੀ ਆਸ ਹੈ, ਪੂਰੇ ਦੇਸ਼ ਦੇ ਕਿਸਾਨਾਂ ਨੂੰ ਆਸ ਹੈ ਵੀ ਕੱਲ੍ਹ ਵਾਲੇ ਬਜਟ ਦੇ ਵਿੱਚ ਜਿਹੜਾ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਸਾਡੇ ਨਾਲ 2014 ਦੇ ਵਿੱਚ ਕਿ ਅਸੀਂ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹਨੂੰ ਡਬਲ ਕਰਾਂਗੇ 2022 ਦੇ ਵਿੱਚ। 2022 ਦੇ ਵਿੱਚ ਤਾਂ ਡਬਲ ਨਹੀਂ ਹੋਈ, ਪਰ ਇਹ ਜਿਹੜੀ ਨਵੀਂ ਗਵਰਨਮੈਂਟ ਫਾਰਮ ਹੋਈ ਹੈ ਤੀਜੀ ਵਾਰੀ ਭਾਰਤੀ ਜਨਤਾ ਪਾਰਟੀ ਦੀ NDA ਦੀ, ਸਾਨੂੰ ਆਸ ਆ ਵੀ ਕੱਲ੍ਹ ਵਾਲੇ ਬਜਟ ਦੇ ਵਿੱਚ ਕਿਸਾਨਾਂ ਲਈ ਜਿਹੜੀ ਇੱਕ ਲੀਗਲ MSP ਦੀ ਗਰੰਟੀ ਉਹ ਦਿੱਤੀ ਜਾਊਗੀ। ਨਾਲ ਇਹਦੇ ਸਾਨੂੰ ਆਸ ਹੈ ਵੀ ਸਾਡੀ ਜਿਹੜੀ ਸਵਾਮੀਨਾਥਨ ਜੀ ਦਾ ਫਾਰਮੂਲਾ ਉਹਦੇ ਅਕੋਰਡਿੰਗ MSP ਡਿਸਾਈਡ ਹੋਊਗੀ। ਨਾਲ ਹੀ ਜਿੰਨਾ ਮਜ਼ਦੂਰ ਹੈ, ਜਿੰਨਾ ਕਿਸਾਨ ਹੈ, ਉਹਦਾ ਜਿਹੜਾ ਕਰਜ਼ੇ ਮਾਫ਼ੀ ਦੀ ਗੱਲ ਕੀਤੀ ਜਾਊਗੀ। ਅਤੇ ਇੱਕ ਸਾਨੂੰ ਹੋਰ ਜਿਹੜਾ ਡੀਜ਼ਲ 'ਤੇ ਸਬਸਿਡੀ ਦੀ ਅਸੀਂ ਆਸ ਰੱਖ ਰਹੇ ਹਾਂ ਬੜੀ ਦੇਰ ਦੀ, ਕਿਉਂਕਿ ਦਿਨ ਬ ਦਿਨ ਇਨਪੁੱਟ ਕੋਸਟ ਵੱਧ ਰਹੀ ਹੈ ਅਤੇ ਆਊਟਪੁੱਟ ਕੋਸਟ ਕਿਸਾਨ ਦੀ ਘੱਟ ਰਹੀ ਹੈ। ਸੋ ਸਾਨੂੰ ਆਸ ਹੈ ਵੀ ਕੱਲ੍ਹ ਵਾਲਾ ਬਜਟ ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਲੈ ਕੇ ਆਊਗਾ। ਇਸੇ ਉਮੀਦ ਦੇ ਚੱਲਦੇ ਹੋਏ ਸਾਡੀ ਗੁਜ਼ਾਰਿਸ਼ ਹੈ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਅਤੇ ਮਾਨਯੋਗ ਫਾਈਨਾਂਸ ਮਿਨਿਸਟਰ ਜੀ ਨੂੰ ਵੀ ਕੱਲ੍ਹ ਵਾਲੇ ਬਜਟ ਦੇ ਵਿੱਚ ਕਿਸਾਨਾਂ ਦੀ, ਜੇ ਅਸੀਂ ਕਹਿੰਦੇ ਹਰ ਵਰਗ ਦੇ ਜਿਹੜਾ ਵੀ ਦੇਸ਼ ਦਾ ਇਸ ਵਰਗ ਹੈ ਉਹਦੀ ਹਰ ਦੀ ਗੱਲ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਕਿਸਾਨਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ। ਕੱਲ੍ਹ ਨੂੰ ਬੜੀ ਉਮੀਦ ਅਤੇ ਆਸ ਨਾਲ ਅਸੀਂ ਬਜਟ ਦੀ ਵੇਟ ਕਰ ਰਹੇ ਹਾਂ।